प्यारों के नाम प्यारे अस्कार, खास प्यारों के नाम खास प्यारे अस्कार। जब थोड़े सामने प्यार करने ने, मैं चाहता दसना है कि असूले औलाद वास्ते की पढ़ना है, ते किस तरह पढ़ना है, सेहत वास्ते की पढ़ना है, रिजक वास्ते की पढ़ना है, ते नजरे बंद, क्योंकि असर बहुत ज्यादा है, अपने च भी ते दगाने च रिश्तेदार च भी ते गैर च भी बहुत ज्यादा असर है, बड़ी नजरे बंद है। कई लोग ना कलेजा खोल के नहीं कहोगे, वरना तबूर चो भी अक नहीं जिन्ना जिन्नी तुहाडे बारे उन्होंने सीनिया च आके। इस मुआशरे का सब तो बड़ा करम इशू नजरे पत है, पता ही नहीं हर दूजे घर च वड़ गई है, रिश्तेदारा भी लग गई है, शरीका बरादरी भी लग गई है, आओ जा है साड़ी परवाह ही कोई, असी लमियां तान के गफलत की नींद सुते, दुनिया नेरे च खड़ी है। मेरे वीरो मेरे भराओ, लोगों नू नेरे च कटो, नेरे चो कटन का तरीका पता की है, लोगों नू फड़ फड़ के अल्लाह ना जोड़ो, बीवी नू अल्लाह ना जोड़ो, धीआं नू अल्लाह ना जोड़ो, पुत्रां नू अल्लाह ना जोड़ो, दुकान से गाहक आ जाए किसी गाहक नाल बेतकल्लुफ हो, उन्हूं अल्लाह ना जोड़ो, उन्हूं कहो आ पढ़िया कर, आ पढ़िया कर। अब बड़े बड़े सियाने बंदे वेखे ने कुहाड़ियां लै के, कोई फौज के पिछे होया है, कोई खुल के पाकिस्तान के पिछे होया है, कोई इमरान खान के पिछे होया है, कोई जरदारी के मगर होया है, बिल्कुल तुसीं शैतानी एजेंडे दे अमल पै करदे हो, बिल्कुल शैतानी एजेंडा पूरा पे करते हो। भाई सुद्दा कुरान जिक्र अल्लाह, अल्लाह ने कुरान च आखिया शैतान चाहता ही है कि तुहानू इन्हां खेडा च इन्हां सियासतां च इन्हां चीज़ां च भुलझा दे, ते तुहाडे कोल अल्लाह का जिक्र खोल दे। ए शैतान की सब तो वड्डी ख्वाहिश है। मेरे प्यारे भाईओ, लोगों नू जुलमात चो कढो, नेरियां चो कढो, नूर बन लैके आओ। हर हाथ च किताबुल अज़कार होनी चाहिए, हर हाथ च जिक्रे लाई से मार्फत लाई है, जिहड़ी किताब अल्लाह ने साडे कोल लिखवाई है बाहरों तुहानू मिलदी है, हर बैड ते होवे, हर गड्डी च होवे, ताडे हर रिश्तेदार कोल होवे। ਰਹਿਮਾਨ ਉਹਦੇ ਨਾਲ ਕਿੰਨਾ ਪਿਆਰ ਕਰਦਾ ਵਾ।
ਇੱਥੇ ਕੋਈ ਦੁਨੀਆ ਦਾ ਵਫਾਕ ਨਹੀਂ, ਦੂਰ ਦਰਾਜ ਤੋਂ ਸਾਥੀ ਬੜੀ ਕਸਰਤ ਔਰ ਬੜੀ ਮੁਹੱਬਤ ਨਾਲ ਆਏ ਨੇ। ਮੈਨੂੰ ਤੁਹਾਨੂੰ ਦੇਣ ਵਾਸਤੇ ਇਹ ਦੁਆ ਹੈ, ਅੱਲਾ ਪਾਕ ਤੁਹਾਨੂੰ ਸਾਰੀ ਜ਼ਿੰਦਗੀ ਕਿਸੇ ਦਾ ਮੁਹਤਾਜ ਨਾ ਕਰੇ, ਅੱਲਾ ਪਾਕ ਤੁਹਾਨੂੰ ਬੈਤੁੱਲਾ ਦੇ ਹੱਜ ਨਸੀਬ ਫਰਮਾਏ। ਇਹ ਪਸੀਨੇ, ਇਹ ਅਬਸ, ਇਹ ਗਰਮੀ, ਅੱਲਾ ਪਾਕ ਸਾਡੇ ਵਾਸਤੇ ਜੰਨਤ ਤੋਂ ਬਚ ਕੇ ਆਪਣੀ ਜੰਨਤ ਜਾਣ ਦਾ ਜ਼ਰੀਆ ਬਣਾ ਦੇ। ਹਜ਼ਰਾਤੇ ਸੀਵਕਾਰ, ਮੈਂ ਇਨਸ਼ਾਅੱਲਾ ਔਰ ਰਹਿਮਾਨ ਪਿਆਰੋ ਕੇ ਨਾਮ ਪਿਆਰੇ ਅਜ਼ਕਾਰ, ਖਾਸ ਪਿਆਰੋ ਕੇ ਨਾਮ ਖਾਸ ਪਿਆਰੇ ਅਜ਼ਕਾਰ ਜਬ ਤੁਹਾਡੇ ਸਾਹਮਣੇ ਬਿਆਨ ਕਰਨੇ ਨੇ, ਮੈਂ ਇਨਸ਼ਾਅੱਲਾ ਦੱਸਣਾ ਹੈ ਕਿ ਹਸੂਲੇ ਔਲਾਦ ਵਾਸਤੇ ਕੀ ਪੜ੍ਹਨਾ ਅਤੇ ਕਿਸ ਤਰ੍ਹਾਂ ਪੜ੍ਹਨਾ, ਸਿਹਤ ਵਾਸਤੇ ਕੀ ਪੜ੍ਹਨਾ, ਰਿਜ਼ਕ ਵਾਸਤੇ ਕੀ ਪੜ੍ਹਨਾ ਅਤੇ ਨਜ਼ਰੇ ਬੱਦ, ਕਿਉਂਕਿ ਹਸਦ ਬਹੁਤ ਜ਼ਿਆਦਾ ਹੈ ਆਪਣਿਆਂ 'ਚ ਵੀ ਅਤੇ ਦੁਕਾਨਿਆਂ 'ਚ, ਰਿਸ਼ਤੇਦਾਰਾਂ 'ਚ ਵੀ ਅਤੇ ਗੈਰਾਂ 'ਚ ਵੀ ਬਹੁਤ ਜ਼ਿਆਦਾ ਹਸਦ ਹੈ, ਬੜੀ ਨਜ਼ਰੇ ਬੱਦ ਹੈ। ਅਤੇ ਤੁਹਾਨੂੰ ਕਈ ਲੋਕ ਨਾ ਕਲੇਜਾ ਖੋਲ੍ਹ ਕੇ ਨਹੀਂ ਕਹਾਉਂਦੇ, ਵਰਨਾ ਤਦੂਰ ਚੋਣੀ ਅੱਗ ਨਹੀਂ ਜਿੰਨਾ ਜਿੰਨੀ ਤੁਹਾਡੇ ਬਾਰੇ ਉਹਨਾਂ ਦੇ ਸੀਨੀਅਰ 'ਚ ਆ ਕੇ। ਇਸ ਮੁਆਸ਼ਰੇ ਦਾ ਸਭ ਤੋਂ ਬੜਾ ਕਰੰਟ ਇਸ਼ੂ ਨਜ਼ਰੇ ਬੱਦ ਹੈ, ਪਤਾ ਹੀ ਨਹੀਂ ਹਰ ਦੂਜੇ ਘਰ 'ਚ ਵੜ ਗਈ ਹੈ, ਰਿਸ਼ਤੇਦਾਰਾਂ ਦੀ ਲੱਗ ਗਈ ਹੈ, ਸ਼ਰੀਕਾ ਬਰਾਦਰੀ ਦੀ ਲੱਗ ਗਈ ਹੈ, ਆਓ ਜਾ ਹੈ, ਸਾਡੀ ਪਰਵਾਹ ਹੀ ਕੋਈ ਨਹੀਂ। ਅਸੀਂ ਲੰਮੀਆਂ ਤਾਣ ਕੇ ਗਫਲਤ ਦੀ ਨੀਂਦ ਸੁੱਤੇ। ਇਹ ਚਾਰ ਕਿਸਮ ਦੇ ਅਜ਼ਕਾਰ ਅੱਜ ਮੈਂ ਤੁਹਾਡੇ ਪੇਸ਼ੇ ਖਿਦਮਤ ਕਰਨੇ ਨੇ ਮੇਰੇ ਬਜ਼ੁਰਗ ਜਵਾਨ ਮਰਦ ਤੋਂ ਖਵਾਤੀਨ ਵੱਜੋ ਫਰਮਾਣਾ, ਲੇਕਿਨ ਉਹਦੇ ਤੋਂ ਪਹਿਲੇ ਮੈਂ ਤੁਹਾਡੇ ਨਾਲ ਚੰਦ ਜ਼ਰੂਰੀ ਬਾਤਾਂ ਕਰਨੀਆਂ ਨੇ, ਫਿਰ ਮੈਂ ਇੱਕ ਦੁਆ ਕਰਨਾ। ਅੱਲਾ ਤੁਹਾਨੂੰ ਮੱਕੇ ਦੀਆਂ ਬਹਾਰਾਂ ਨਸੀਬ ਕਰੇ, ਅੱਲਾ ਤੁਹਾਨੂੰ ਮਦੀਨੇ ਦੀਆਂ ਬਹਾਰਾਂ ਨਸੀਬ ਕਰੇ, ਅੱਲਾ ਤੁਹਾਨੂੰ ਨਬੀ ਪਾਕ ਦੇ ਹੱਥੋਂ ਹੌਜ਼ੇ ਕੌਸਰ ਨਸੀਬ ਕਰੇ, ਔਰ ਅੱਲਾ ਪਾਕ ਸਾਨੂੰ ਬਗੈਰ ਹਿਸਾਬ ਦੇ ਆਪਣੀ ਜੰਨਤ ਦਾ ਦਾਖਲਾ ਨਸੀਬ ਕਰੇ। ਹਜ਼ਰਾਤੇ ਜੀ ਵਕਾਰ, ਮੋਟੀ ਜੀ ਗੱਲ ਹੈ, ਇਨਸਾਨ ਜੇ ਸ਼ੈਅ ਨੂੰ ਜ਼ਿਆਦਾ ਚਾਹੁੰਦਾ ਹੋਵੇ ਜਾਂ ਜੇ ਸ਼ੈਅ ਦਾ ਬੰਦੇ ਦੇ ਦਿਲ 'ਚ ਬਹੁਤਾ ਡਰ ਹੋਵੇ, ਚਾਹਤਾ ਹੋ ਜਾਂ ਡਰਦਾ ਹੋ, ਜਿਸ ਸ਼ੈਅ ਦੀ ਬਹੁਤੀ ਚਾਹਤ ਹੁੰਦੀ ਹੈ ਜਾਂ ਜਿਸ ਸ਼ੈਅ ਦਾ ਬਹੁਤਾ ਡਰ ਹੁੰਦਾ ਹੈ, ਬੰਦਾ ਉਹ ਸ਼ੈਅ ਨੂੰ ਯਾਦ ਵੀ ਜ਼ਿਆਦਾ ਕਰਦਾ ਹੈ, ਉਹਦਾ ਜ਼ਿਕਰ ਵੀ ਜ਼ਿਆਦਾ ਕਰਦਾ ਹੈ, ਅਤੇ ਦਿਲੋਂ ਦਿਮਾਗ 'ਤੇ ਉਹ ਸ਼ੈਅ ਬੰਦੇ 'ਤੇ ਤਾਰੀ ਰਹਿੰਦੀ ਹੈ, ਹੈਬਤ ਤਾਰੀ ਰਹਿੰਦੀ। ਤਾਂ ਮੇਰੇ ਪਿਆਰੇ ਭਾਈ, ਜੇ ਤੁਸੀਂ ਅੱਲਾ ਪਾਕ ਨੂੰ ਜ਼ਿਆਦਾ ਚਾਹੁੰਦੇ ਹੋ ਅਤੇ ਅੱਲਾ ਪਾਕ ਦੇ ਅਸਾਬਾਂ ਤੋਂ ਜ਼ਿਆਦਾ ਡਰਦੇ ਹੋ, ਫਿਰ ਤੁਹਾਡੀ ਖਲਵਤ ਅੰਦਰ, ਜਲਵਤ ਅੰਦਰ, ਅਮੀਰੀ ਅੰਦਰ, ਗਰੀਬੀ ਅੰਦਰ, ਸੁਬਾਹ ਅੰਦਰ, ਸ਼ਾਮ ਅੰਦਰ, ਦਿਨ ਅੰਦਰ, ਰਾਤ ਅੰਦਰ ਅੱਲਾ ਪਾਕ ਦਾ ਜ਼ਿਕਰ ਹੋਣਾ ਚਾਹੀਦਾ, ਅੱਲਾ ਪਾਕ ਦੀ ਯਾਦ ਹੋਣੀ ਚਾਹੀਦੀ ਹੈ, ਅੱਲਾ ਤਬਾਰਕ ਵ ਤਾਲਾ ਦੀ ਹਮਦੋ ਸਨਾ ਹੋਣੀ ਚਾਹੀਦੀ ਹੈ। ਮੈਨੂੰ ਕੋਈ ਬੰਦਾ ਪੁੱਛੇ ਨਾ, ਮੌਲਵੀ ਸਾਹਿਬ ਇਹ ਕਿਵੇਂ ਪਤਾ ਲੱਗੇਗਾ ਕਿ ਮੈਂ ਅੱਲਾ ਨਾਲ ਬੜਾ ਪਿਆਰ ਕਰਦਾ, ਬੱਚਿਆ ਵੇਖਦਾ ਗਲਾਂ ਬਹੁਤੀਆਂ ਕੱਢਦਾ, ਗੀਤਾਂ ਬਹੁਤੀਆਂ ਕਰਨਾ, ਐਵੇਂ ਬੁੜਬੁੜ ਬਹੁਤੀ ਕਰਨਾ, ਫਜ਼ੂਲ ਯਾਦ ਬਹੁਤੀ ਕਰਨਾ, ਕਿ ਯਾਰ ਮਾਸ਼ਾਅੱਲਾ ਤੇਰਾ ਧਿਆਨ ਜ਼ਿਕਰ ਵੱਲ ਹੈ, ਪੜ੍ਹਾਈ ਵੱਲ ਹੈ, ਤੂੰ ਜਿੰਨਾ ਇਨਸ਼ਾਅੱਲਾ ਜ਼ਿਕਰ ਜ਼ਿਆਦਾ ਕਰਨਾ, ਇਨਸ਼ਾਅੱਲਾ ਤੂੰ ਰੱਬ ਨਾਲ ਓਨਾ ਪਿਆਰ ਕਰਨਾ, ਤੇਰਾ ਰੱਬ ਤੇਰੇ ਨਾਲ ਓਨਾ ਪਿਆਰ ਹੈ। ਇਹ ਤਰਾਜ਼ੂ ਹੈ, ਇਹ ਮਿਆਰ ਹੈ, ਇਹ ਕਸਵੱਟੀ ਹੈ। ਔਰ ਦੂਸਰੀ ਗੱਲ ਸੁਣੇ, ਅੱਜ ਦੇ ਮੇਰੇ ਖੁਤਬੇ ਅੰਦਰ ਕਰੋੜਾਂ ਨਾਲੋਂ ਕੀਮਤੀ ਗੱਲ ਹੈ, ਇਹਨੂੰ ਸਮਝਣਾ ਜੇ। ਨਬੀ ਸਲਾਤੁ ਸਲਾਮ ਨੇ ਜਿੰਨੇ ਵਜ਼ੀਫੇ ਦੱਸੇ ਨੇ ਨਾ, ਕਿ ਆਹ ਵਜ਼ੀਫਾ ਪੜ੍ਹੋਗੇ ਆਹ ਫਾਇਦਾ ਹੋਏਗਾ, ਇਹ ਵਜ਼ੀਫਾ ਪੜ੍ਹੋਗੇ ਆਹ ਫਜ਼ੀਲਤ ਮਿਲੇਗੀ, ਇਹ ਨਬੀ ਸਲਾਤੁ ਸਲਾਮ ਦੇ ਥਰੂ, ਨਬੀ ਸਲਾਤੁ ਸਲਾਮ ਦੇ ਜ਼ਰੀਏ। ਜ਼ਿਕਰ ਦੇ ਮੌਜੂ 'ਤੇ ਮੈਂ ਜਿੰਨੀਆਂ ਅੱਜ ਤੱਕ ਬਾਤਾਂ ਕੀਤੀਆਂ ਨੇ, ਤਕਰੀਰਾਂ ਕੀਤੀਆਂ ਨੇ, ਜੁਮੇ ਪੜ੍ਹਾਏ ਨੇ, ਕਿਤਾਬਾਂ ਲਿਖੀਆਂ ਨੇ, ਉਹਨਾਂ 'ਚੋਂ ਇੱਕ ਬੜੀ ਖੂਬਸੂਰਤ ਗੱਲ ਤੁਹਾਡੇ ਨਾਲ, ਮਾਸ਼ਾਅੱਲਾ ਤਬਾਰਕ ਅੱਲਾ ਬੇ ਫਜ਼ਲ ਅੱਲਾ ਵਾ ਬੇ ਰਹਿਮਤ ਅੱਲਾ ਕਰਨ ਲੱਗਾ। ਜਿਸ ਜ਼ਿਕਰ, ਜਿਸ ਵਜ਼ੀਫੇ, ਜਿਸ ਪੜ੍ਹਾਈ ਦੀ ਨਬੀ ਪਾਕ ਨੇ ਜਿਹੜੀ ਫਜ਼ੀਲਤ ਬਿਆਨ ਕੀਤੀ ਹੈ, ਫਾਇਦਾ ਬਿਆਨ ਕੀਤਾ, ਉਹ ਹਕੀਕਤ ਅੰਦਰ ਅੱਲਾ ਪਾਕ ਦਾ ਤੁਹਾਡੇ ਨਾਲ ਵੱਧ ਹੈ। ਨਬੀ ਪਾਕ ਦੇ ਜ਼ਰੀਏ ਉਹ ਅੱਲਾ ਪਾਕ ਦਾ ਤੁਹਾਡੇ ਨਾਲ ਕੀ ਹੈ, ਕਿਉਂਕਿ ਨਬੀ ਪਾਕ ਦੀਨ ਦੇ ਮਾਮਲੇ 'ਚ ਆਪਣੀ ਮਰਜ਼ੀ ਨਾਲ ਬੋਲਦੇ। ਵਮਾ ਯੰਤਿਕੁ ਅਨਿ ਹਵਾ ਇਨ ਹੁਵਾ ਇਲਾ ਵਹਯੁ। ਜਿਸ ਵੀ ਵਜ਼ੀਫੇ ਦਾ ਕੋਈ ਫਜ਼ਾਇਲ ਹੈ, ਕੋਈ ਫਵਾਇਦ ਨੇ, ਉਹ ਨਬੀ ਪਾਕ ਦੇ ਥਰੂ ਅੱਲਾ ਪਾਕ ਦਾ ਤੁਹਾਡੇ ਨਾਲ ਕੀ ਹੈ। ਪਸੀਨੇ ਠੰਡ ਪਾ ਦਿਓ, ਮਾਲਕ ਵਾਅਦੇ ਦੀ ਖਿਲਾਫ ਵਰਜ਼ੀ ਕਰਦਾ, ਫਿਰ ਸੀਨੇ ਠੰਡ ਪਾ ਦਿਓ, ਸਾਡਾ ਮਾਲਕ ਆਪਣੇ ਵਾਅਦੇ ਤੋਂ ਫਿਰਦਾ। ਮੇਰੇ ਪੜ੍ਹਨ ਅੰਦਰ ਕੁਤਾਹੀ ਹੈ, ਮੇਰੇ ਪੜ੍ਹਨ ਅੰਦਰ ਗਫਲਤ ਹੈ, ਤੁਹਾਡੇ 'ਚ ਵੀ ਕੋਈ ਕਮੀ ਕੁਤਾਹੀ ਹੋਏਗੀ, ਲੇਕਿਨ ਇਨਸ਼ਾਅੱਲਾ ਮੇਰੇ ਭਾਈਓ, ਉਹ ਜਿਹੜਾ ਵਾਅਦਾ ਨਬੀ ਪਾਕ ਦੇ ਥਰੂ ਅੱਲਾ ਪਾਕ ਨੇ ਤੁਹਾਡੇ ਨਾਲ ਕਰ ਛੱਡਿਆ ਹੈ ਨਾ, ਉੱਚੀ ਬੋਲੋ, ਉਹਦੇ ਅੰਦਰ ਕੋਈ ਵਾਅਦਾ ਘਾਟਾ ਹੋ ਸਕਦਾ? ਵਮਨ ਅਸਤਕ ਮਿਨ ਅੱਲਾਹਿ ਕੀਲਾ, ਵਮਨ ਅਸਤਕ ਮਿਨ ਅੱਲਾਹਿ ਹਦੀਸਾ। ਓਏ ਲੋਗੋ, ਅੱਲਾ ਨਾਲੋਂ ਜ਼ਿਆਦਾ ਵਫਾਦਾਰ ਕੌਣ ਹੈ? ਅੱਲਾ ਨਾਲੋਂ ਜ਼ਿਆਦਾ ਵਾਅਦੇ ਨਿਭਾਉਣ ਵਾਲਾ ਕੌਣ ਹੈ? ਅੱਲਾ ਨਾਲੋਂ ਜ਼ਿਆਦਾ ਸੱਚਾ ਕੌਣ ਹੈ?
अल्लाह नालों ज्यादा प्यारियां बातां कहदियां ने। अच्छा तीसरी गल भी सुनियो, इस टाइम दुनिया नेरे च खड़ी है, मेरे वीरो मेरे भराओ लोगों नूं नेरे च कटो। नेरे च कटण दा तरीका पता की है, लोगों नूं फड़ फड़ के अल्लाह नाल जोड़ो, बीवी नूं अल्लाह नाल जोड़ो, धीआं नूं अल्लाह नाल जोड़ो, पुत्रां नूं अल्लाह नाल जोड़ो, दुकान ते गाहक आ जैसे गाहक मेरे बे तकल्लुफ को उन्हूं अल्लाह नाल जोड़ो, उनको आ पढ़िया कर, आ पढ़िया कर। अब बड़े बड़े सियाने बंदे वेखे ने कुहाड़ियां लै के, कोई फौज के पिछे होया, कोई खुल के पाकिस्तान के पिछे होया, घुमरानगा के पिछे होया, कोई जरदारी के मगर होया। बिल्कुल तुसी शैतानी एजेंडे ने अमल पे करते हो, बिल्कुल शैतानी एजेंडा पूरा पे करते हो। भाई सुद्दा कुरान जिक्र अल्लाह, अल्लाह ने कुरान चा कहा शैतान चाहता ही है वे कि तुहानू इन्हां खेडां च, इन्हां सियासतां च, इन्हां चीज़ां च उलझा दे ते तुहाडे कोल अल्लाह का जिक्र खोल दे। यह शैतान की सब तो वड्डी ख्वाहिश है। मेरे प्यारे भाइयों, लोगों को जुल्मात चो कढ़ो, नेरियां चो कढ़ो, नूर बन लैके आओ। हर हाथ च किताबुल अज़कार होनी चाहिए, हर हाथ च जिक्र इलाही से मारफते इलाही है जिहड़ी किताब अल्लाह ने साडे कोल अखवाई है, बाहरों तुहानू मिलदी है। हर बैड ते होवे, हर गड्डी च होवे, तुहाडे हर रिश्तेदार कोल होवे। भाईजान ने बहुत बड़ा नूर है, आ ही वक्त दा काम है। जिहड़ा बंदा मैनूं आंदा ना मेरी कमर ठंडी हो जाए मौलवी साहब की करां, पर लोगों को अल्लाह के जिक्र में ला। नबी आते हैं अल्लाह को जोड़न, अल्लाह का जोड़न वास्ते सियापा आए ने, अल्लाह का जोड़न वास्ते बली आए ने, कि कबर का जोड़न वास्ते देख लो बली आए ने, छलिया कड़िया धागिया का जोड़न नहीं आए। अच्छा एक गल मैं थोड़ा होर भी करनी है, जाद्या जाद्या शैतान सानू जिक्र तो ढकदा है, किसी ना किसी तरह फजूलियात च उलझांदा है। ते अल्लाह आंदे ने वज़कुरुल्लाह कसीरन लअल्लकुम तुफलिहून। अल्लाह कुरान दी आयतां चांदे ने वध चढ़ के जिक्र कसीर करना तुहाडा काम है। हर शोबे, हर फील्ड अंदर, हर मैदान अंदर तुहानू कामयाब कर देना मैं रब्बुल आलमीन दा काम है। एक अल्लाह का वादा है, अल्लाह वादे की खिलाफ रजी कर सकता सीने ठंड पाओ यार। अल्लाह पाक ਸਾਨੂੰ ਆਪਣੀ ਰਹਿਮਤ ਦੇ ਨਾਲ ਜ਼ਿਕਰ ਕਸੀਰ ਕਰਨ ਦੀ ਤੌਫੀਕ ਅਤਾ ਫਰਮਾਵੇ। ਅੱਛਾ ਇੱਕ ਹੋਰ ਗੱਲ ਮਾਸ਼ਾਅੱਲਾ ਤਬਾਰਕ ਨਾਲ ਤੁਹਾਡੇ ਨਾਲ ਕਰਨੀ ਹੈ। ਇਹ ਜ਼ਿਕਰ ਕੀ ਹੈ ਅੱਜ ਤੁਹਾਨੂੰ ਮਾਸ਼ਾਅੱਲਾ ਖਾਸ ਜ਼ਿਕਰ ਦੱਸਣ ਲੱਗਾ। ਇਹ ਜ਼ਿਕਰ ਤਰਲਾ ਹੈ, ਨਾਉਜ਼ ਬਿੱਲਾ ਅਲਿਆਜ਼ ਬਿੱਲਾ, ਕੋਈ ਦਬਕਾ ਨਹੀਂ, ਇਹ ਕੋਈ ਆਰਡਰ ਨਹੀਂ। ਕਈ ਬੰਦੇ ਤਾਂ ਮੈਨੂੰ ਟੈਲੀਫੋਨ ਕਰਕੇ ਇਹ ਵੀ ਚਾਹੁੰਦੇ ਰਹੇ ਜੀ ਉਹ ਪੜ੍ਹਿਆ ਸੀ ਕੰਮ ਨਹੀਂ ਹੋਇਆ ਸੀ, ਜਿਵੇਂ ਕੋਈ ਆਰਡਰ ਦਿੰਦਾ ਔਰ ਨਹੀਂ, ਇਹ ਤਰਲਾ ਆਰਡਰ ਨਹੀਂ। ਲਓ ਇੰਨੀ ਵੀ ਗੱਲ ਸਮਝ ਲਓ, ਸਾਡਾ ਮਾਲਕ ਸਾਨੂੰ ਦਵੇ ਫਿਰ ਵੀ ਤਰਲਾ, ਔਰ ਮਿਲ ਕੇ ਬੋਲੋ ਜੇ ਸਾਰੀ ਜ਼ਿੰਦਗੀ ਨਾ ਦਵੇ ਤੇ ਫਿਰ ਵੀ ਵਜ਼ੀਫਾ ਤਰਲਾ, ਦੁਆ ਤਰਲਾ, ਜ਼ਿਕਰ ਤਰਲਾ, ਜ਼ਿਰਦ ਤਰਲਾ, ਤੇ ਅਸੀਂ ਤਰਲਾ ਪਾਉਂਦੇ ਹੀ ਰਹਿਣਾ ਆਖਰੀ ਸਾਹ ਤੱਕ। ਉਹਦੇ ਤਰਲੇ ਪਾਉਂਦੇ ਹੀ ਰਹਿਣਾ, ਮਾਲਕ ਨੂੰ ਦੱਸਦੇ ਰਹਿਣਾ, ਮਾਲਕਾ ਤੇਰੇ ਜ਼ਿਕਰ ਬਿਨਾਂ ਅਸੀਂ ਕਾਸੇ ਜੋਗੇ ਨਹੀਂ, ਤੇਰੀ ਤਾਰੀਫ ਬਿਨਾਂ ਅਸੀਂ ਕਾਸੇ ਜੋਗੇ ਨਹੀਂ, ਤੇਰੇ ਦਰ ਦੇ ਪਕਾਰੀ ਆ ਤੂੰ ਸੁਣ ਲਵੇ, ਅਸੀਂ ਫਿਰ ਵੀ ਪਕਾਰੀ ਆ। ਅੱਲਾਹ ਜੇ ਤੂੰ ਨਾ ਸੁਣੇ ਅਸੀਂ ਫਿਰ ਵੀ ਤੇਰੇ ਦਰ ਦੇ ਪਕਾਰੀ ਆ। ਇਹ ਜ਼ਿਕਰ ਜਿਹੜਾ ਇਹ ਤਰਲਾ ਤਬਕਾ ਨਹੀਂ, ਆਰਡਰ ਨਹੀਂ। ਔਰ ਫਿਰ ਮੈਂ ਅੱਜ ਕਿਉਂ ਦਾ ਕੁਝ ਗੱਲ ਦੱਸਣ ਲੱਗਾ। ਆ ਜਿਹੜਾ ਤੁਸੀਂ ਦਮ ਜ਼ਰੂਰ ਸਾਰੀਆਂ ਚੀਜ਼ਾਂ ਠੇਕੇ ਤੇ ਦਿੱਤੀਆਂ ਨੇ ਨਾ ਮੌਲਵੀ ਨੂੰ, ਨਾ ਯਾਰ ਇਹ ਕੰਮ ਛੱਡ ਦੇ, ਤਵੱਜੋ ਰੱਖੋ ਖਵਾਤੀਨ ਮੇਰੇ ਅੱਗੇ ਤਵੱਜੋ ਰੱਖਣਾ। ਜੋ ਦਮ ਮਾਂ ਨੇ ਆਪਣੀ ਧੀ ਨੂੰ ਕਰ ਲੈਣਾ ਮੌਲਵੀ ਕਰੇਗਾ, ਸਾਰੇ ਬੋਲੋ ਮੌਲਵੀ ਉਹ ਕਰੇਗਾ। ਜੋ ਦਮ ਇੱਕ ਬਾਪ ਨੇ ਆਪਣੇ ਪੁੱਤਰ ਨੂੰ ਕਰ ਲੈਣਾ, ਆਪਣੀ ਧੀ ਨੂੰ ਕਰ ਲੈਣਾ, ਪਰ 70 ਮੌਲਵੀ ਮਿਲ ਕੇ ਵੀ ਉਹੋ ਜਿਹੀ ਆ ਇਖਲਾਸ ਨਹੀਂ ਆਪਣੇ 'ਚ ਪੈਦਾ ਕਰ ਸਕਦੇ ਜਿਹੜੇ ਮਾਸ਼ਾਅੱਲਾ ਅੱਜ ਮੈਂ ਤੁਹਾਨੂੰ ਅਜ਼ਕਾਰ ਦੱਸ ਰਿਹਾ ਨਾ। ਔਰ ਮੇਰੇ ਪਿਆਰੇ ਭਾਈਓ, ਇਹ ਅਜ਼ਕਾਰ ਅੱਲਾ ਆਪਣੀ ਬੇਟੀ ਨੂੰ ਖੁਦ ਕਰੋ, ਭੈਣਾਂ ਨੂੰ ਖੁਦ ਕਰੋ, ਪੁੱਤਰਾਂ ਨੂੰ ਖੁਦ ਕਰੋ, ਧੀਆਂ ਨੂੰ ਖੁਦ ਕਰੋ, ਮਾਪੇ ਬਿਮਾਰ ਨੇ ਖੁਦ ਕਰੋ। ਜਿਸ ਦਰਦ, ਜਿਸ ਤੜਪ, ਜਿਸ ਇਖਲਾਸ, ਜਿਸ ਤਵੱਜੋ, ਜਿਸ ਲਿਲਾਹੀਅਤ ਔਰ ਜਿਸ ਧਿਆਨ ਦੇ ਨਾਲ ਪੁੱਤਰ ਨੇ ਆਪਣੇ ਬਾਪ ਨੂੰ ਦਮ ਕਰਨਾ ਹੈ, ਉਹ ਭਾਈ 70,000 ਮੌਲਵੀ ਮਿਲ ਕੇ ਵੀ ਉਹ ਦਮ ਨਹੀਂ ਕਰ ਸਕਦੇ। ਇਹ ਪ੍ਰੈਸ਼ਰ ਜ਼ਿਹਨ ਚੋਂ ਕੱਢੋ ਕਿ ਉਹ ਪਤਾ ਨਹੀਂ ਕਿੰਨਾ ਕੁ ਪਹੁੰਚਿਆ ਤੇ ਕਿੰਨਾ ਕੁ ਬਾਹ ਮਿਲੇ। ਇਨਸ਼ਾਅੱਲਾਹੁ ਰਹਿਮਾਨ, ਜੇ ਤੁਸੀਂ ਤੌਹੀਦ ਪ੍ਰਸਤ ਹੋ, ਨਬੀ ਦੇ ਸੁਨਨਤ ਦੇ ਪੈਰੋਕਾਰ ਹੋ, ਅੱਲਾਹ ਪਾਕ ਦੇ ਤੁਸੀਂ ਵੀ ਬਲੀ ਹੋ, ਰੱਬ ਤੁਹਾਡੇ ਨਾਲ ਵੀ ਬੜਾ ਪਿਆਰ ਕਰਦਾ, ਠੀਕ ਹੈ। ਬਾਅਦ ਉਲਮਾ, ਅੱਛੇ ਉਲਮਾ, ਉਹਨਾਂ ਕੋਲੋਂ ਦਮ ਕਰਾਓ, ਲੇਕਿਨ ਜਿੰਨਾ ਫੀਸ ਪ੍ਰੋਗਰਾਮ ਹੈ ਨਾ ਕਾਰੋਬਾਰ ਪ੍ਰੋਗਰਾਮ, ਇਹਨਾਂ ਦੇ ਕੋਲੋਂ ਬਚੋ। ਲਓ ਹੁਣ ਮੈਂ ਬਿਲਾ ਤਾਖੀਰ, ਬਿਲਾ ਤਮੀਜ਼ ਤੁਹਾਨੂੰ ਬਹਿ ਕੇ ਦੱਸਣ ਲੱਗਾ। ਵੈਸੇ ਮੈਂ ਆਗਾਜ਼ ਅੰਦਰ ਨਾ ਤੁਹਾਨੂੰ ਦੋ ਬੜੇ ਪਸੰਦੀਦਾ ਵਜ਼ੀਫੇ ਦੱਸਣਾ, ਇਹ ਤੁਸੀਂ ਬਹੁਤ ਜ਼ਿਆਦਾ ਪੜ੍ਹਨੇ। ਇੱਕ ਵਜ਼ੀਫਾ, ਜਦੋਂ ਵੀ ਬੇਕਰਾਰੀ ਹੋਵੇ ਨਾ, ਇਹ ਮੈਂ ਜਾਮੇ ਤਿਰਮਿਜ਼ੀ 'ਚ ਪੜ੍ਹਿਆ, ਅੱਗ ਨਹੀਂ ਯਾਰ ਮੈਂ ਡਿਸਮੂਟ ਯਾਰ
घुटन घुटन ने भाजी शायद सानू तबीयत ने बुझी बुझी है बेकरारी बेकरारी है जो तबीयत बुझी बुझी महसूस करो उदो तो बिलखसूस तबीयत उतरी उतरी होजी बुझी हो परेशानी परेशानी जी हो अहम मामला हो उदो तुम बहुत ज्यादा पढ़ना है या हय्यु या कय्यूम बिरहमतिका अस्तगीस पढ़ के सबकन दर्शन तालुमन तालीमन ये मैं थोड़े को सुन सकता या हय्यु या कय्यूम बिरहमतिका अस्तगीस ते नस्तगीस जेडे साथी कुछ ग्रामर समझते ने कोई फर्क जिम्मे इंग्लिश ना आई टू वी मैं और हम जे कहोगे ना या हय्यु या कय्यूम बिरहमतिका नस्तगीस हमेशा जिंदा रहने वाले सबको जिंदगी देने वाले अपना नाल नहीं मदद मांगना ते तेरी रहमत दे वसीले ना तेरे को मांगना हम मदद मांगते हैं अस्तगीस अलीफ होवे तो मैं मदद मांगता हूँ लिहाजा बेहतर है कि धियां पुत्रां नूं विच पा के बंदा कहे या हय्यु या कय्यूम बिरहमतिका अस्तगीस ए मेरे बुजुर्ग जिहड़े तशरीफ फरमाओ ना ए ते पल्ले बन्न उहने इंशाअल्लाह वसीफा किसी भी मामले च बेकरारी है कारोबारी प्रॉब्लम है रुकावट है दुकान नहीं लग रही गाहक नहीं आ रहा परेशानी है पेमेंट फंस गई है बच्ची का मसला है बच्चे का मसला है किसी पास भी तबीयत उलझे ने पढ़ना है और इन बहुत ज्यादा पढ़ना है नहीं तीन दिन पढ़ के छड़ता दस बारी पढ़ के छड़ता चलते फिरते बहते उठते पढ़ते रहो दुकान से बैठ के पढ़ते रहो और दूसरा ये माशा लगे भी चलते फिरते बहुत ज्यादा पढ़ो खैर बारे सीन रबे अबली मिल्ला तुमका सुरिया
तैयबा अल्लाह मैं पकीजा और आजा था कर दे मैं पुत्र तेरे को क्यों मंगना इन्ना का समी दुआ इस वास्ते मंगना की समझ के मंगना अल्लाह तू ही दुआवा सुन वाला है हजराते जीवकार के पढ़न दे मैं तारू चार मौके दा और असल मसला आ है ए गल समझ ला लीजिए ए डॉक्टर जी जो तुहानु दवाई देंदा है ना ते नाल दसदा है कि दवाई केड़े टाइम खानी है केड़े अल्लाह पुत्र दे पता कितों मंगी गल महसूस हजरत ज़करिया ने वेखिया के मेरी जड़ी हजरत मरियम अलैहा सलाम ने उन्होंने गोल बंद कमरे च बेमौसम फल पै ने या मैं लिया के नहीं अल्लाह सोनिया जिन्ना को पुत्र नहीं अल्लाह अपनी रहमत ना पुत्र अता फरमा
और मैं टैग साहब मैं कह जी मेरे लिए दुआ करो अल्लाह मेनु धी यथा फरमाए ओ मेरे मालिका है तेरे अंदाज के ते तेरिया मोहब्बत ले और दिया देवे पुत देवे उस दी रजा जे कुछ भी न देवे ओनु कौन पूछेगा और दिया पुत यार मोती अल्लो मोल ने सारे इख्तियार साडे अल्लो कोल ने किते पानी दे जमीन नो खलार छड्या पहले फिर रात में जो बिस्तर लेटना नींद नहीं पैंती अपना
के वादन बयान करना जरूरी है, जिमें कब्र के हालात बयान करना जरूरी है, तौहीद बयान करना जरूरी है, रसालत बयान करना जरूरी है। अज योजना गंदिया खुराक आ गई ने, गजावा आ गई ने, अल्लाह जानता है। मैं कहना कोई जलसा ऐसा नहीं होना चाहिए, कोई कॉन्फ्रेंस ऐसी नहीं होनी चाहिए जिंदे च इस्लामी टिप के उसूल न बयान किए जाए और तुम सेहत के उसूल न दसे जा। बेड़ा गर्क हो गया जे नौजवान नस्ल का, फास्ट फूड खा के, शोरमे खा के, बोतलों पी के, अपने इस तरह लौटो, परहेज करो। सब तो पहली गल है परहेज, और दूसरी गल है बाकी इंज नहीं सारे रोटी दवे, फोटी दवे, इज्जत दवे, कारोबार दवे, घर बार दवे, बरकत वाला रिजक दवे,
ਪਾਈ ਹੈ ਰੱਬ ਨੇ ਦੁਆ ਕੁਰਾਨ ਬਣਾ ਕੇ ਆਪਣਾ ਤੇ ਫਰਰੇ ਯਤੀਮ ਦੇ ਸੀਨੇ ਤੇ ਨਾਲ ਫਰਮਾ ਦਿੱਤੀ ਹੈ ਪਰ ਸਾਨੂੰ ਫਿਰ ਵੀ ਅਕਲ ਨਹੀਂ ਆਈ ਸਮਝ ਨਹੀਂ ਆਈ ਅਸੀਂ ਪੜ੍ਹਦੇ ਹੀ ਨਹੀਂ ਇੱਧਰ ਵੇ ਬਾਹਵਾ ਕਾਇਮ ਹੋਈ ਉਸ ਸਦਲੀ ਫਿਰ ਮਿਹਰਾਬ ਕੱਲਾ ਜਦੋਂ ਖਲੋਤਾ ਹੋਵੇ ਉਦੋਂ ਪੜ੍ਹਦਾ ਰਿਹਾ ਕਰ ਅਲਹਮਦੁਲਿਲਾਹ ਰੱਬਿਲ ਆਲਮੀਨ ਅਰਹਮਾਨ ਅਰਹੀਮ ਮਾਲਿਕ ਯੌਮਿਦੀਨ ਇਯਾਕ ਨਅਬੁਦੁ ਤਰੀਕਾ ਦੱਸਦਾ ਨਾ ਮਾਲਿਕ ਯੌਮਿਦੀਨ ਇਯਾਕ ਨਅਬੁਦੁ ਵਇਯਾਕ ਨਸਤਾਈਨ ਇਹਦਿਨਸ ਸਿਰਾਤਲ ਮੁਸਤਕੀਮ ਸਿਰਾਤਲ ਲਜ਼ੀਨਾ ਅਨਅਮਤਾ ਅਲੈਹਿਮ ਗੈਰਿਲ ਮਗਦੂਬਿ ਅਲੈਹਿਮ ਵਲਾਦ-ਧਾਲੀਨ ਆਮੀਨ ਰੱਬਿ ਇਨਨੀ ਲਿਮਾ ਅਨਜ਼ਲਤਾ ਇਲੈਯਾ ਮਿਨ ਖੈਰਿਨ ਫਕੀਰ ਰੱਬਿ ਇਨਨੀ ਲਿਮਾ ਅਸਬਜੋ ਨਹੀਂ ਜਾ ਕੇ ਰੱਬੇ ਇਨੀ ਲਿਮਾ ਅਨਜ਼ਲਤਾ ਇਲੈਯਾ ਮਿਨ ਖੈਰਿਨ ਫਕੀਰ ਰੱਬੇ ਇਨੀ ਲਿਮਾ ਅਨਜ਼ਲਤਾ ਇਲੈਯਾ ਮਿਨ ਖੈਰਿਨ ਫਕੀਰ ਅੱਲਾ ਜਿਹੜੀ ਭਲਾਈ ਤੂੰ ਮੇਰੇ ਮੁਕੱਦਰ ਅੰਦਰ ਕੀਤੀ ਹੈ ਅੱਲਾ ਮੈਂ ਉਸ ਭਲਾਈ ਦਾ ਮੁਹਤਾਜ ਹੋ ਗਿਆ ਹਾਂ ਜਿਹੜਾ ਰਿਜ਼ਕ ਮੇਰੇ ਨਸੀਬ ਅੰਦਰ ਕੀਤਾ ਹੈ ਜਿਹੜੀ ਸ਼ਿਫਾ ਮੇਰੇ ਨਸੀਬ ਅੰਦਰ ਕੀਤੀ ਹੋ ਜਿਹੜੀ ਔਲਾਦ ਮੇਰੇ ਨਸੀਬ ਅੰਦਰ ਕੀਤੀ ਹੋ ਅੱਲਾ ਮੈਂ ਉਹਦਾ ਮੁਹਤਾਜ ਹੋ ਗਿਆ ਮੈਨੂੰ ਅਤਾ ਕਰ ਦੇ ਲੱਖ ਲੈ
ਮੇਰਾ ਮਾਲ ਗਿਆ ਮੈਂ ਸਦਕਾ ਬਣਾ ਕੇ ਤੇਰਾ ਨਾਮਾ ਮਾਲ ਉੱਪਰ ਤਾਦੀਰ ਕਰ ਦਿੰਦਾ। ਉਹਦੇ ਜਾਨ ਛਿੰਦਰ ਜਿਹੜੀਆਂ ਲੈ ਗਿਆ ਤੇ ਇਹ ਡਾਕੂ ਤੇਰਾ ਇਮਾਨ ਲੁੱਟ ਰਿਹਾ, ਤੇਰਾ ਕਿੱਦਾਂ ਲੁੱਟ ਰਿਹਾ। ਸੁਬਹ ਸ਼ਾਮ ਦੀ ਅਸਕਾਰ ਚ ਰਫਤ ਨਹੀਂ ਕਰਨੀ, ਆ ਕਿਤਾਬ ਅਸਕਾਰ ਆਪਣੇ ਬੈਡ ਤੇ ਰੱਖੋ। ਰਾਦੁਸ਼ ਉਹ ਚ ਲਿਖਿਆ ਸੋਤੇ ਬਟਕ ਕੇ ਅਸਕਾਰ ਦੁਕਾਨ ਤੇ ਰੱਖੋ। ਸ਼ਾਮ ਅਸਰ ਪੜ ਕੇ ਆਓ, ਦੁਕਾਨ ਤੇ ਬੈਠੋ, ਖੋਲੋ ਸ਼ਾਮ ਕੇ ਅਸਕਾਰ। ਇਹ ਬੜਾ ਖਤਰਨਾਕ ਡਾਕੂ ਨੇ, ਸਭ ਤੋਂ ਵੱਡਾ ਡਾਕੂ ਸ਼ੈਤਾਨ ਹੈ। ਬੋਲੋ ਸਭ ਤੋਂ ਵੱਡਾ ਡਾਕੂ ਸ਼ੈਤਾਨ। ਸਾਰੇ ਬੋਲੋ ਸ਼ੈਤਾਨ। ਫਿਰ ਬੋਲੋ ਸ਼ੈਤਾਨ। ਹੋਰ ਇਹਨੂੰ ਬਚ ਕੇ ਰਹੋ, ਇਹਨੇ ਬਾਹਰ ਜਾ ਕੇ ਫੜ ਲੈਣੇ ਨੇ। ਕਹਿੰਦਾ ਮੌਲਵੀ ਅੱਗੇ ਬੈਠ ਤੂੰ ਡਾਕੂ ਕਹਿ ਕੇ ਉਹ ਕਹਿੰਦਾ ਹੈ ਤੂੰ ਡਾਕੂ ਹੈ। ਅਊਜ਼ ਬਿੱਲਾਹ ਮਿਨ ਸ਼ੈਤਾਨ ਰਜੀ, ਅਊਜ਼ ਬਿੱਲਾਹ ਮਿਨ ਸ਼ੈਤਾਨ ਰਜੀ। ਲਾ ਇਲਾਹਾ ਇਲਲਾਹ ਵਹਦਹੁ ਲਾ ਸ਼ਰੀਕ ਲਹੁ ਮੁਲਕੁ ਵਲਹੁ ਲਹੁ ਵਹੁ ਅਲਾ ਕੁਲਿ ਸ਼ੈਇਨ ਕਦੀਰ। ਇਸ ਡਾਕੂ ਦੇ ਫਾਇਲ ਜੇ ਇਸ ਡਾਕੂ ਵਾਸਤੇ ਆ ਸਿਗਰਟ ਤੋਂ ਹੀ ਰਾਤਮ ਬੰਬ ਜੇ ਅੱਲਾ ਤੇਸੀ ਬਕਾ। ਅੱਲਾ ਪਾਕ ਦੀ ਤੌਫੀਕ ਨਾਲ ਜਿਹੜੀਆਂ ਨੇ ਆਖਰੀ ਗੱਲਾਂ ਕਰੀ ਨਜ਼ਰੇ ਪੱਤ। ਤੀਸਰੀ ਗੱਲ ਕਰੀ ਯਾ ਅਯੁਹ ਅਲਜ਼ੀਨਾ ਅਮਨੂ ਕੁਰੁਲਲਾਹ ਜ਼ਿਕਰਨ ਕਸੀਰਾ ਵਸਬਹੂ ਬੁਕਰਤਾਂ ਵਅਸੀਲਾ। ਨਜ਼ਰੇ ਪੱਤ ਤੋਂ ਬਚਣਾ ਚਾਹੁੰਦੇ ਨੇ। ਰੁਕਯਤੁਲ ਖਲੀਲੈ ਤੁਸੀਂ ਪੜ੍ਹਨੇ, ਰੁਕਯਤੁਲ ਖਲੀਲੈ ਕੀ ਪੜ੍ਹਨੇ? ਅਰਬੀ ਵੀ ਸਿੱਖੋ ਨਾ, ਮਾਸ਼ਾ ਅੱਲਾਹ ਨੇ ਅਰਬੀ ਜਾਣਦੇ ਨੇ, ਉਹਦਾ ਇਮਾਨ ਤਾਜ਼ਾ ਹੋਵੇ। ਰੁਕਯਤੁਲ ਖਲੀਲੈ ਫਿਰ ਪੜ੍ਹੋ। ਰੁਕਯਤੁਲ ਖਲੀਲੈ ਦਾ ਮਨ ਹੈ ਦੋ ਜਿਹੜੇ ਅੱਲਾਹ ਦੇ ਖਲੀਲ ਗੁਜ਼ਰੇ ਨੇ ਨਾ, ਉਹਨਾਂ ਵਾਲੀ ਪੜ੍ਹਾਈ ਪੜ੍ਹਿਆ ਕਰੋ। ਅੱਲਾਹ ਤੁਹਾਨੂੰ ਸਾਰੀ ਜ਼ਿੰਦਗੀ ਨਜ਼ਰੋਂ ਬਾਤੋਂ ਮਹਿਫੂਜ਼ ਕਰਵਾ ਲੈਣਗੇ। ਅੱਲਾਹ ਦੇ ਦੋ ਖਲੀਲ ਕਿਹੜੇ ਨੇ? ਵਕ ਇਬਰਾਹੀਮ ਮੱਲਾ ਸੀ ਵਫਾ। ਇੱਕ ਅੱਲਾ ਦੇ ਖਲੀਲ ਦਾ ਨਾਮ ਇਬਰਾਹੀਮ ਹੈ ਤੇ ਦੂਸਰੇ ਖਲੀਲ ਦਾ ਨਾਮ ਹੈ ਮੁਹੰਮਦ ਰਸੂਲੁਲਲਾਹ। ਹਜ਼ਰਤ ਇਬਰਾਹੀਮ ਇਹ ਬੇਟੇ ਦੇ ਬਾਪ ਦਾ ਕੰਮ ਹੈ, ਇਹ ਖੁਦ ਵੀ ਕਰਿਆ ਕਰੋ, ਬੱਚਿਆਂ ਨੂੰ ਵੀ ਕਰਿਆ ਕਰੋ, ਬੱਚਿਆਂ ਨੂੰ ਵੀ ਕਰਿਆ ਕਰੋ, ਢੋਲੀ ਕਰਿਆ ਕਰੋ। ਉਹ ਦਿਨ ਚ ਕਈ ਵਾਰ ਦਿਨ ਚ ਪਾਣੀ ਕਿੰਨੀ ਵਾਰੀ ਪੀਂਦੇ ਹੋ? ਕਈ ਵਾਰ ਫਲ ਫਰੂਟ ਖਾਣਾ ਕਿੰਨੀ ਵਾਰ ਖਾਂਦੇ ਹੋ? ਕਈ ਵਾਰ ਇਹ ਵੀ ਮਾਸ਼ਾਅੱਲਾ ਦਿਹਾੜੀ ਚਾਰ ਚਾਰ ਵਾਰੀ ਪੰਜ ਪੰਜ ਵਾਰੀ ਰੁਕਯਤੁਲ ਖਲੀਲ ਐਨ ਕਰਿਆ ਕਰੋ। ਕਿਹੜਾ ਉਹੀ ਸੋ ਕਬ ਕਲਮਾਤ ਅੱਲਾਹ ਤਾਮਾ ਮਿਨ ਕੁਲ ਸ਼ੈਤਾਨ ਵਹਾਮਾ ਮਿਨ ਕੁਲ ਅਯਨ ਲਾਮਾ। ਨਬੀ ਪਾਕ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਇਹ ਦਮ ਪੜ ਕੇ ਹਸਨੋ ਹੁਸੈਨ ਨੂੰ ਨਜ਼ਰੇ ਪੱਤ ਤੋਂ ਬਚਾਉਂਦੇ ਸਨ ਤੇ ਹਜ਼ਰਤ ਇਬਰਾਹੀਮ ਇਹ ਦਮ ਪੜ ਕੇ ਇਸਮਾਈਲ ਤੇ ਇਸਹਾਕ ਨੂੰ ਨਜ਼ਰੇ ਪੱਤ ਤੋਂ ਬਚਾਉਂਦੇ ਸਨ। ਸਾਡੀ ਅੱਲਾਹ ਨਾਲ ਕਰੀਤ ਸਾਡੀ ਦਾਵਤ ਇਹ ਜੁਰਮ ਜੇ ਸਾਡਾ, ਇਹ ਜੇ ਸਾਡਾ ਜੁਰਮ। ਸਾਡੀ ਦਾਵਤ ਕੁਰਾਨ ਹਦੀਸ ਹੈ, ਸਾਡੀ ਇਨਸ਼ਾ ਅੱਲਾਹ ਜੀਤ ਹੈ। ਸਾਨੂੰ ਸਮਝੀ ਨਾ ਤੂੰ ਕੱਲਾ, ਸਾਡਾ ਜ਼ਿਕਰ ਹਸਬੁਨ ਅੱਲਾਹ ਹਸਬੁਨ ਅੱਲਾਹ। ਮਨੇ ਮਨ ਵਕੀਲ ਬਣਿਆ ਕਰ ਉਹੀ ਸ਼ੁਕਰ ਕਲਮਾਤ ਅੱਲਾਹ ਕਾਮਾਤ ਮਿਲ ਕੁਲ ਸ਼ੈਤਾਨ ਵਾ ਆਖਰੀ ਹੈ ਨਾ ਰੱਬ ਤੇ ਪੜ੍ਹਦਿਆਂ ਕੀ ਰਹਿਣਾ? ਅਲਹਮਦੁਲਿਲਾਹ ਅਲਲਜ਼ੀ ਫਜ਼ਲਨਾ ਅਲਾ
كثير من عباده المؤمنين اللہ تیرا شکر ہے تو اپنے لکھا کروڑا بندیاں تے فضیلت دتی لکھا کروڑا اے وظیفہ بہت بڑیا کر الحمدللہ الذی فضلنا اللہ کثیر میرے ماں دل وہ میں جڑے میرے بزرگ نے جنہاں لمبی چوڑی پڑھائی یاد نہیں ہوندی او اگلی پڑھتے رہیا کرو الحمدللہ رب العالمین ٹھیک ہے نا اوے ساڈے قران دا راز کتھوں ہے بسم اللہ قبال کی ہے ویکھ لو ساڈے دین دا راز ہی شکر ہے جے شکر نہیں تے کٹ میں جے شکر ہے تے سب کچھ ہے اے بہت اہم ترین ضروری بات ہے کر کر میسج کرو پیغام کرو انشاءاللہ اللہ پاک کی توفیق نال میں شروع تو بھی تہاڈے لئی دعا کیتی ہے آخرت تے بھی کر آخرت تے بھی کرنا ہر بس چ بیٹھے ہو گرمی چ بیٹھے ہو بڑی محبت وچ نہ بیٹھے ہو بڑی بات ہے ماشاءاللہ اللہ پاک تو دنیا دے دیا برکت نصیب کرے اللہ تہاڈیاں بچیاں نو صحت دے اللہ تہاڈے بچیاں نو صحت دے اللہ تہاڈے دیاں پتراں نو تہاڈیاں اکھاں دا نور بناوے اللہ پاک تو ساری زندگی کسے دا محتاج نہ کرے ویو ٹائم بڑا تھوڑا رہ گیا ہے لوگاں نو اللہ نہ چھوڑو لوگ میرے چ کھلوتے ہیں یاری دا حق ادا کر اینو اللہ نہ چھوڑ اے یاری دا حق ادا کوئی نہیں یار پیچھے لگ کے نمازاں چھڈی بیٹھنا یار پیچھے لا کے ٹھگیاں کرنا ہے یار پیچھے لا کے جان سازی کرنا ہے یار پیچھے لا کے اپنے نو پریشان کرنا ہے ماں نو پریشان کرنا ہے یار پیچھے لا کے بہنا دا حق مار کے بیٹھا ہے پتر ہے کوئی یاری نہیں یاری کا حق دا تارے نا رو ذکر بن لے گیا توحید بن لے گیا قرآن بن لے گیا وظائف بن لے گیا اللہ پاک آئی دا ساڈا جمعہ ذریعہ نجات بنا دے اللہ ساڈے لئی بخشی دا سامان بنا دے جو کچھ لکھیا ہے وچ نصیب ساڈے او کوئی تو لینا او کوئی میں لینا میریاں تیریاں آکڑا کس کارے تمہیں ٹہ پینا میں بھی ٹہ پینا ستا آیا تے بکلا مار ٹرنا نہ کچھ تو لینا نہ کچھ میں لینا جو گزرے گی سو تیری جان تے او کوئی تو سہنا او کوئی میں سہنا میرا تیرا مسافرہ کی جھگڑا نہ تو رہنا نہ میں رہنا کل میری بڑی پیاری اپو محترمہ دو شہیداں دی ماں سی امی شہیدین سی ننگر سادہ رہندے ہوندے سن او کل فوت ہو گئی نے دعا کرو اللہ انہاں دی قبر نور نہ بنا آمین عشاء دی نماز پڑھ کے لیٹیاں نے تے جد پڑھ دیا ہوندی سن پھپا جان نے تے ٹائم اٹھایا نہیں اٹھیاں ودر پڑھ کے اٹھایا نہیں اٹھیاں نماز پڑھن ٹر گئے پھر آ کے اٹھایا نہیں اٹھیاں تے اللہ ویکھیا تے اللہ پاک نے ملاقات کر چلی دعا کرو اللہ آخری نماز دی باز نماز پڑھ گئے انشاءاللہ دل تھوڑا نہ کریا کرو اللہ پتر صحت بھی دے گا تے اللہ پتر بھی تو پتہ نہیں گل دسنی چاہیے کہ نہیں میں نا حافظ سعید صاحب حافظ اللہ تعالی دعا کرو اللہ دی باز کرو آمین پچھلے ہفتے اور مل کے آیا ایک آدمی نے پہلا پتہ ہو نہیں رہی ہیں تے میں کہا آپ صاحب نصیحت بھی کرو تے دعا بھی کرو پہلے بیٹھے تھا نا آپ صاحب نے دعا بھی کی نصیحت بھی کی پھر دسا نا لیکن مزے کی گل تو دسنی آپ صاحب نے تو اپنے کی مان فروز گل دسا میں کہا دسو اندرے میری عمر ہے 73 سال اندرے 2 سال پہلے میں اللہ نے بیٹا دیتا ہے میری عمر تے میرے بیٹے دی عمر دے درمیان 71 سال دا فرق 71 سال بعد اللہ نے کی دیتا ہے وہ چوپ ہی کر گیا 71 سال بعد رب نے کی دیتا ہے تے مالک تینوں نہیں دے گا رب تے راضی جائے گا رچیا رہے اپنے رب تے تو کو بھی تے نہ امید نہیں ہوئی دا اور خبردار کسے نے اسی بی بی نو تانا ماریا ایسے بندے نو حکیم سمجھیا جڑے کول اولاد نہیں کون امید رہے وظیفے پڑھتا رہے دعاواں کردا رہے خدا وظیفے پڑھ جنو نیک اللہ دا ولی سمجھنا اونوں ٹیلی فون کر کے واٹس ایپ کر کے مل کے دعا کراندا رہے انشاءاللہ الرحمن اللہ پاک دی رحمت بڑی وسیع ہے اللہ اپنے بندیاں نو ضائع نہیں کرتا اللہ مل کے بولو کسے دا حق مینوں تسی پوچھو نا ماشاءاللہ اے چٹے آ گئے نے اللہ کسے دا اخلاص نہیں جے رولدا اللہ کسے دا اخلاص نہیں جے رولدا مخلص ہو جا اپنے رب نو رولتے ہو وچ جڑے ٹڈو پلیت ہوندے نے جڑے ٹڈو منافق ہوندے نے سامنے کچھ دو قدم دے کچھ رشتہ داروں نے کچھ کر دے کچھ کہندے کچھ ہے گے کچھ اعوذ باللہ ان اکون من الجاہلین ہر کسی دا بھلا کرو تے ذکر اذکار کرو اللہ عمل دی توفیق عطا فرما سبحان رب کے رب العزت اما یصفون وسلام علی المرسلین والحمد للہ رب العالمین جو شخص کسی مجبوری کی وجہ سے جمعے کی نماز پڑھنے نہ آ سکے تو کیا وہ گھر میں جمعے کی نماز پڑھے گا یا نماز زور پڑھے گا نماز زور پڑھے گا